ਇਹ ਬਹੁਤ ਜ਼ੋਰ ਦੀ ਮਤਲਬ ਫਟਿਆ ਵਾ ਸਿਲੰਡਰ। ਫਟਣ ਦੇ ਨਾਲ ਸਾਰੀ ਦੁਨੀਆ ਪਬਲਿਕ ਇੱਕਦਮ ਇਕੱਠੀ ਹੋ ਗਈ ਆ। ਪਬਲਿਕ ਇਕੱਠੀ ਹੋਣ ਦੇ ਨਾਲ ਅਸੀਂ ਦੇਖਿਆ ਤੇ ਇਹ ਬੰਦਾ ਉੱਡਿਆ ਪਿਆ ਸੀਗਾ, ਬੱਚੇ ਵੀ ਸੀਰੀਅਸ ਸੀ। ਫਿਰ ਇੱਥੇ ਕੋਈ ਲਾਗੇ ਆਉਂਦਾ ਨਹੀਂ ਸੀ, ਅਸੀਂ ਦਬਾ ਰੋਲਾ ਰੂਲਾ ਪਾ ਕੇ ਉਹਨਾਂ ਨੂੰ ਬੱਚਿਆਂ ਨੂੰ ਇਕੱਠੇ ਕੀਤਾ। ਇਹ ਚਹਿਲ ਪਹਿਲ ਮਚਣ ਦੀਆਂ ਤਸਵੀਰਾਂ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਲੋਕਾਂ ਦੇ ਉਸ ਸਮੇਂ ਰੋਂਗਟੇ ਖੜ੍ਹੇ ਹੋ ਗਏ ਅਤੇ ਹੋਸ਼ ਉੱਡ ਗਏ ਜਦੋਂ ਸਿਲੰਡਰ ਫਟਣ ਦੇ ਨਾਲ ਕੁਲਫੀਆਂ ਵੇਚਣ ਵਾਲੇ ਬੰਦੇ ਦਾ ਸਾਰਾ ਸਰੀਰ ਖਿਲਰ ਗਿਆ। ਹਾਲਾਂਕਿ ਉਸਦੇ ਪਰਿਵਾਰਕ ਮੈਂਬਰ ਵੀ ਇਸ ਹਾਦਸੇ 'ਚ ਗ੍ਰਸਤ ਹੋ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਕਾਂਗਰਸ ਆਈ ਦੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੁਨੀਤਾ ਨੇ ਦੱਸਿਆ ਕਿ ਅਚਾਨਕ ਸਿਲੰਡਰ ਫਟਣ ਦੇ ਨਾਲ ਕੁਲਫੀ ਵੇਚਣ ਦਾ ਕੰਮ ਕਰਨ ਵਾਲਾ ਅਤੇ ਉਸਦਾ ਸਾਰਾ ਪਰਿਵਾਰ ਇਸ ਹਾਦਸੇ 'ਚ ਗ੍ਰਸਤ ਹੋ ਗਿਆ, ਜਿਨ੍ਹਾਂ ਵੱਲੋਂ ਰੋਲਾ ਰੱਪਾ ਪਾ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚ ਇੱਕ ਵਿਅਕਤੀ ਜ਼ਿਆਦਾ ਸੀਰੀਅਸ ਦੱਸਿਆ ਜਾ ਰਿਹਾ ਹੈ। ਹਾਂਜੀ, ਮੇਰਾ ਨਾਮ ਸੁਨੀਤਾ ਹੈ, ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਕਾਂਗਰਸ ਆਈ ਦੇ। ਇਹ ਸਿਲੰਡਰ ਕਾਫੀ ਦੇਰ ਦਾ ਇੱਥੇ, ਮੈਂ ਕਿਹਾ ਕੁਲਫੀਆਂ ਕਲਫੀਆਂ ਜਿਹੜਾ ਹੁੰਦੇ ਆ ਆਈਸਕ੍ਰੀਮਾਂ ਦਾ, ਉਹ ਕੰਮ ਕਰਦਾ ਸੀ। ਉਹ ਸਿਲੰਡਰ ਦੇਣ ਨੂੰ ਆਦਮੀ ਆਇਆ ਆ, ਇਹ ਬਹੁਤ ਜ਼ੋਰ ਦੀ ਮਤਲਬ ਫਟਿਆ ਵਾ ਸਿਲੰਡਰ। ਫਟਣ ਦੇ ਨਾਲ ਸਾਰੀ ਦੁਨੀਆ ਪਬਲਿਕ ਇੱਕਦਮ ਇਕੱਠੀ ਹੋ ਗਈ ਆ। ਪਬਲਿਕ ਇਕੱਠੀ ਹੋਣ ਦੇ ਨਾਲ ਅਸੀਂ ਦੇਖਿਆ ਤੇ ਇਹ ਬੰਦਾ ਉੱਡਿਆ ਪਿਆ ਸੀਗਾ, ਬੱਚੇ ਵੀ ਸੀਰੀਅਸ ਸੀ। ਫਿਰ ਇੱਥੇ ਕੋਈ ਲਾਗੇ ਆਉਂਦਾ ਨਹੀਂ ਸੀ, ਅਸੀਂ ਦਬਾ ਰੋਲਾ ਰੂਲਾ ਪਾ ਕੇ ਉਹਨਾਂ ਨੂੰ ਬੱਚਿਆਂ ਨੂੰ ਇਕੱਠੇ ਕੀਤਾ, ਨਿਆਣਿਆਂ ਨੂੰ ਕਰਕੇ, ਅਤੇ ਉਹਨਾਂ ਨੂੰ ਅਸੀਂ ਐਂਬੂਲੈਂਸ ਮੰਗਾਈ। ਐਂਬੂਲੈਂਸ ਆਈ ਨਹੀਂ, ਫਿਰ ਅਸੀਂ ਥ੍ਰੀ ਵੀਲਰ ਪ੍ਰਾਈਵੇਟ ਕਰਵਾ ਕੇ ਦਬਾ ਦਬਾ ਉਹਨੂੰ ਭੇਜਿਆ ਵਾ। ਦੋ ਉਹਦਾ ਪਿਓ ਸੀ, ਪਤਾ ਨਹੀਂ ਬੇਟੇ ਬੱਚੇ ਦਾ ਕਿ ਬੱਚਾ ਸੀ, ਉਹਦੀ ਮਾਂ, ਤਿੰਨ ਚਾਰ ਜਾਣੇ ਉਹਨੂੰ ਹੋਸਪਿਟਲ ਲੈ ਕੇ ਗਿਆ। ਇੱਕ ਆਦਮੀ ਤਾਂ ਬਹੁਤ ਜ਼ਿਆਦਾ ਸੀਰੀਅਸ ਹੋ ਗਿਆ, ਇਹ ਤਾਂ ਦੇ ਨਹੀਂ ਆਇਆ। ਇਹ ਤਾਂ ਕਿੰਨੇ ਟੋਟਲ ਕਿੰਨੇ ਜਾਣੇ? ਮੈਂ ਕਿਹਾ 4-5 ਜਾਣੇ ਆ। ਗੱਲ ਕਰੀਏ, ਅੱਜ ਪਤਾ ਲੱਗ ਰਿਹਾ ਇੱਥੇ ਸਿਲੰਡਰ ਬੰਦ ਹੈ, ਗੈਸ। ਅੱਜ ਤੱਕ ਤੁਹਾਨੂੰ ਪਤਾ ਸੀ, ਤੁਸੀਂ ਪੁਲਿਸ ਨੂੰ ਕੰਪਲੇਂਟ? ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਸਿਲੰਡਰ ਨਾਲ ਭਰ ਹੁੰਦਾ। ਸਾਨੂੰ ਇੰਨੀ ਗੱਲ ਦਾ ਪਤਾ ਨਹੀਂ ਸੀ ਹੁੰਦਾ, ਤੇ ਅਸੀਂ ਇੱਧਰ ਕੰਮ ਇਦਾਂ ਦਾ ਹੁੰਦਾ। ਕੰਮ ਕੀ ਕਰਦਾ ਸੀ? ਇਹ ਕੰਮ ਜਿਹੜੀਆਂ ਕੁਲਫੀਆਂ ਕਲਫੀਆਂ ਵੇਚਦੇ, ਜਿਹੜੇ ਆਈਸਕ੍ਰੀਮਾਂ ਵਗੈਰਾ ਲਗਾਉਂਦੇ ਨੇ, ਉਹ ਆਏ ਉਹਦਾ ਸਿਲੰਡਰ ਸੀਗਾ। ਇਹ ਮੇਰਾ ਖਿਆਲ ਇਹਨਾਂ ਨੂੰ ਪਤਾ ਵਾ ਅਸੀਂ ਇੱਧਰ ਘੱਟ ਹੀ। ਮੇਰਾ ਨਾਮ ਸੁਨੀਤਾ ਵਾ, ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਮੈਂ। ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥੋੜਾ ਪਹਿਲਾਂ ਆਏ ਆ ਜੀ, ਤਸਦੀਕ ਕਰ ਰਹੇ ਆ ਜੀ। ਇੱਕ ਪਿੰਟੂ ਨਾਂ ਦਾ ਸੀਗਾ, ਇਹ ਜੂਸ ਦੀ ਰੇਹੜੀ ਲਾਉਂਦਾ ਆ, ਫਲੇਵਰ ਬਣਾ ਕੇ ਜਿਹੜੀ ਖਲਾਉਂਦੇ ਆ ਜੀ, ਉਹ ਕੰਮ ਕਰਦੇ ਆ ਇਹ, ਯੂਪੀ ਦੇ ਰਹਿਣ ਵਾਲੇ ਆ ਜੀ। ਇਹਨਾਂ ਨੇ ਉਹ ਜਿਹੜਾ ਸਿਲੰਡਰ ਮੰਗਾਇਆ ਸੀਗਾ ਜੀ, ਤਾਂ ਜਿਹੜਾ ਉਹ ਫਲੇਵਰ ਬਣਾਉਂਦੇ ਆ ਗੈਸ ਵਾਲਾ ਸਿਲੰਡਰ, ਆਕਸੀਜਨ ਵਾਲਾ ਸਿਲੰਡਰ ਆ ਜਿਹੜਾ ਜੀ, ਉਹ ਫਟਣ ਦੇ ਨਾਲ ਜਿਹੜਾ ਇਹ ਐਕਸੀਡੈਂਟ ਹੋਇਆ ਆ। ਕਿੰਨੇ ਬੰਦੇ ਘਾਇਲ ਹੋਏ ਇਹਦੇ ਵਿੱਚ? ਫਿਲਹਾਲ ਤਾਂ ਇਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਮੌਕੇ 'ਤੇ ਜੀ। ਇਹ ਜਿਹੜਾ ਲੈ ਕੇ ਆਇਆ ਸੀ, ਇੱਕ ਪਿੰਟੂ ਨਾਂ ਦਾ ਆ, ਇੱਕ ਉਹਦੀ ਵਾਈਫ ਆ, ਉਹ ਵੀ ਉਹਦੇ ਵੀ ਥੋੜ੍ਹਾ ਹੈਗਾ, ਅਤੇ ਇੱਕ ਉਹਦੇ ਬੱਚੇ, ਜਾਣੀ ਕਿ ਤਿੰਨ ਜਣੇ ਘਾਇਲ ਆ ਜਿਹੜੇ ਮੌਕੇ 'ਤੇ। ਇੱਕ ਦੀ ਨਹੀਂ, ਤਿੰਨ ਘਾਇਲ ਹੋਏ ਆ ਅਤੇ ਇੱਕ ਜਿਹੜਾ ਮੌਕੇ 'ਤੇ, ਇੱਕ ਮੌਕੇ 'ਤੇ ਡੈਥ ਹੋ ਗਈ। ਮੁੱਢਲੀ ਜਾਂਚ ਕੀ ਲੱਗਦਾ ਕਿ ਦੋਸ਼ ਕਿੰਨਾ? ਅਜੇ ਕਰ ਰਹੇ ਹਾਂ, ਤਸਦੀਕ ਕਰ ਰਹੇ ਹਾਂ। ਸਿਲੰਡਰ ਫਟਣ ਦਾ ਹੀ ਮਾਮਲਾ ਅਜੇ ਸਾਹਮਣੇ ਆਇਆ, ਜਿਹੜਾ ਆਕਸੀਜਨ ਸਿਲੰਡਰ ਆ ਨਾ, ਉਹ ਫਟਣ ਦੀ ਗੱਲ ਆਈ ਆ। ਇਹ ਸਾਰੇ ਇੱਥੇ ਜਿਹੜੇ ਆ ਲੇਬਰ ਟਾਈਪ ਬੰਦੇ ਜਿਹੜੇ ਆ, ਰੇਹੜੀਆਂ ਜੂਸ ਦੀਆਂ, ਕੋਈ ਆਪਣੇ ਜਿਹੜੀਆਂ ਲਾਉਂਦੇ ਸਬਜ਼ੀ ਦੀਆਂ ਰੇਹੜੀਆਂ, ਲੇਬਰ ਰਹਿੰਦੀ ਇੱਥੇ ਕਿਰਾਏ ਦੇ ਉੱਤੇ, ਅਤੇ ਬਾਕੀ ਜਾਂਚ ਚੱਲ ਰਹੀ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਤਾਂਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਦਰ ਦਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ, ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 98144-6471, 98150-6471।